ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 9 ਨਵੰਬਰ ਦੀ ਬਜਾਏ ਕਰੀਬ 15 ਦਿਨ ਅੱਗੇ ਕਰਵਾਉਣ ਦੀ ਅਪੀਲ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ 8 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਕਈ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਿੰਘ ਸਹਿਬਾਨ ਗੁਰਪੁਰਬ ਮਨਾਉਣ ਦੇ ਲਈ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾ ਰਹੇ ਨੇ, ਜੋ ਕਿ 9 ਨਵੰਬਰ ਨੂੰ ਇਜਲਾਸ ਦੇ ਵਿੱਚ ਨਹੀਂ ਪਹੁੰਚ ਸਕਣਗੇ। ਇਸ ਲਈ ਇਜਲਾਸ ਨੂੰ ਅੱਗੇ ਪਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ SGPC ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸੰਬੰਧੀ ਸਾਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਏਗਾ। ਇਹ ਐਲਾਨ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਇਜਲਾਸ ਦੁਪਹਿਰ 1 ਵਜੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏਗਾ, ਜਿਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤਰਿਮ ਕਮੇਟੀ ਦੇ ਮੈਂਬਰ ਚੁਣੇ ਜਾਣੇ ਨੇ। ਸੋ ਹੁਣ ਇਜਲਾਸ ਦੀ ਮਿਤੀ ਨੂੰ ਲੈ ਕੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਕਿਹਾ ਗਿਆ ਕਿ ਜ਼ਿਆਦਾਤਰ ਕਮੇਟੀ ਮੈਂਬਰ ਅਤੇ ਸਿੰਘ ਸਹਿਬਾਨ ਇਸ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ। ਹੁਣ ਸ਼੍ਰੋਮਣੀ ਕਮੇਟੀ ਇਸ ਇਤਰਾਜ਼ ਦੇ ਉੱਤੇ ਕਿਸ ਤਰੀਕੇ ਦੀ ਪ੍ਰਤੀਕਿਰਿਆ ਦਿੰਦੀ ਹੈ, ਇਹ ਜ਼ਰੂਰ ਦੇਖਣਾ ਬਣਦਾ। ਬਿਊਰੋ ਰਿਪੋਰਟ, AV ਨਿਊਜ਼ ਪੰਜਾਬੀ। ਇਹ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਐਕਟ ਬਣਾਇਆ ਸੁਪਰੀਮ ਕੋਰਟ ਵੱਲੋਂ, ਉਹ ਵਿਡਕਟ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਅੱਜ ਦੀ ਇਕੱਤਰਤਾ ਨੇ ਸਰਬਸੰਮਤੀ ਦੇ ਨਾਲ ਉਸ ਮਤੇ ਦੀ 23 ਸਤੰਬਰ 2022 ਦੇ ਮਤੇ ਦੀ ਪ੍ਰੋੜਤਾ ਕੀਤੀ ਹੈ ਔਰ ਸਮੁੱਚੇ ਖਾਲਸਾ ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਦੂਸਰਾ ਜਿਹੜਾ ਮਤਾ ਸਾਡਾ, ਉਹ ਮਤਾ ਵੀ ਇਹ ਏਡੀ ਵੱਡੀ ਸੰਸਥਾ ਜਿਹੜੀ ਕੁਰਬਾਨੀਆਂ ਨਾਲ ਬਣੀ, ਪਰ ਇਹਦੇ ਨੂੰ ਤੋੜਨ ਦੇ ਲਈ ਮੁੱਖ ਤੌਰ 'ਤੇ ਕਾਂਗਰਸ ਜ਼ਿੰਮੇਵਾਰ, ਉਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਹਨੂੰ ਜਿਸ ਢੰਗ ਨਾਲ ਸੁਣਿਆ ਜਾਣਾ ਚਾਹੀਦਾ ਸੀ ਨਹੀਂ ਸੁਣਿਆ, ਅਤੇ ਆਪ ਦੀ ਸਰਕਾਰ ਨੇ ਹਰਿਆਣੇ ਦੀ ਤਰਜ਼ 'ਤੇ ਬਹਿਸ ਕਰਕੇ ਸਿੱਖਾਂ ਦੇ ਪ੍ਰਬੰਧ ਵਿੱਚ ਸਿੱਧੀ ਦਖਲਦਾਜੀ ਨਹੀਂ ਕੀਤੀ, ਸਿੱਖ ਪੰਥ ਨੂੰ ਕਮਜ਼ੋਰ ਕੀਤਾ ਬਹੁਤ ਵੱਡਾ। ਸੋ ਅੱਜ ਦੇ ਇਕੱਠ ਨੇ ਇਹ ਵੀ ਮਤਾ ਪਾਸ ਕੀਤਾ ਵੀ ਇਹ ਸਰਕਾਰਾਂ ਇਹ ਸਿੱਖਾਂ ਦੇ ਮਸਲੇ ਦੇ ਵਿੱਚ ਸਿੱਧੇ ਦਖਲਅੰਦਾਜ਼ੀ ਨਾ ਕਰਨ। ਇੱਕ ਜਿਹੜਾ ਬਹੁਤ ਇੰਪੋਰਟੈਂਟ ਮਤਾ ਆ, ਉਹ ਇਹ ਮਤਾ ਆ ਕਿ ਅੱਜ ਦੇ ਇਕੱਠ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਅਪੀਲ ਕੀਤੀ ਆ ਕਿ ਜਿਹੜੇ ਵੱਡੇ ਫੈਸਲੇ ਹੁੰਦੇ ਆ ਕਿਸੇ ਕੌਮਾਂ ਦੇ ਜਾਂ ਕਿਸੇ ਹੋਰ ਵੱਡੇ ਫੈਸਲੇ ਲਈ, ਉੱਥੇ ਕਈ ਵਾਰੀ ਆਪਾਂ ਕੌਨਸਟੀਟਿਊਸ਼ਨਲ ਬੈਂਚ 5 ਮੈਂਬਰੀ ਬਣਾ ਲਈਦਾ ਅਤੇ ਹਾਊਸ ਮਹਿਸੂਸ ਕਰਦਾ ਕਿ ਸਿੱਖ ਗੁਰਦੁਆਰਾ ਐਕਟ 1925 102 ਸਾਲ ਬਣੇ ਨੂੰ ਹੋ ਗਏ। ਇਹ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਇਹ ਅੱਜ ਖੇਰੂੰ ਹੋ ਗਿਆ ਅਤੇ ਸਿੱਖ ਜਿਹੜੀ ਆ ਇਹਨਾਂ ਦੀ ਮਾਨਸਿਕਤਾ ਨੂੰ ਵੀ ਇੱਕ ਸੰਤੁਸ਼ਟੀ ਹੋਊਗੀ ਅਤੇ ਜੁਡੀਸ਼ਰੀ ਸਿਸਟਮ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਪੈਦਾ ਹੋਊਗਾ ਜੇ ਇਹ 5 ਮੈਂਬਰੀ ਬੈਂਚ ਨੂੰ ਦੇ ਦਿੱਤਾ ਜਾਵੇ, ਉਹ ਸਿਹਰਦਤਾ ਦੇ ਨਾਲ ਸਾਰੇ ਪੱਖਾਂ ਦੀ ਵਿਚਾਰ ਕਰ ਲੈਣ। ਇਹ ਤੋਂ ਇਲਾਵਾ, ਕਿਉਂਕਿ ਅਸੀਂ ਪਹਿਲੇ ਦਿਨ ਵੀ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਉਹ ਮਤਾ ਜਿਹੜਾ ਸਾਡਾ ਸ਼੍ਰੋਮਣੀ ਕਮੇਟੀ ਦਾ ਮਤਾ ਅੰਤਰ ਕਮੇਟੀ ਦਾ ਸੀਗਾ, ਅਸੀਂ ਉਹਦੇ 'ਚ ਕਿਹਾ ਸੀ ਵੀ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਤੇ ਲੋਕਾਂ ਦੀਆਂ ਸੱਥਾਂ ਵਿੱਚ ਵੀ ਜਾਵਾਂਗੇ। ਅੱਜ ਦੇ ਹਾਊਸ ਨੇ ਜਿਹੜੀ ਕੱਲ੍ਹ ਅਸੀਂ ਸ਼੍ਰੀ ਅਮਿਤ ਸ਼ਾਹ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਆ ਵੀ ਜੇ ਤੁਸੀਂ ਸਹਿਰਦਤਾ ਦੇ ਨਾਲ, ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਜਦੋਂ 2014 ਦਾ ਇਹ ਐਕਟ ਬਣਿਆ ਸੀ ਪੰਜਾਬ ਅਤੇ ਹਰਿਆਣੇ ਨੂੰ ਸੱਦ ਕੇ ਵਿਚੋਲਗੀ ਸੈਂਟਰ ਆਪ ਕਰਦਾ ਅਤੇ ਇਹਦੀ ਅਗਵਾਈ ਆਪ ਕਰਕੇ ਆਪ ਫੈਸਲਾ ਦਿੰਦੇ, ਕਿਉਂਕਿ ਇਹ ਆਪ ਨਹੀਂ ਵਿਚਾਰਿਆ ਗਿਆ, ਸਿੱਧਾ ਕੋਰਟਾਂ ਦੇ ਵਿੱਚ ਚਲੇ ਗਿਆ
ਤੇ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਇੱਕ ਰਿਵਿਊ ਪਟੀਸ਼ਨ ਸ਼੍ਰੋਮਣੀ ਕਮੇਟੀ ਵੀ ਪਾਊਗੀ, ਇੱਕ ਰਿਵਿਊ ਪਟੀਸ਼ਨ ਸੈਂਟਰ ਗੌਰਮੈਂਟ ਆਪ ਵੀ ਪਾਵੇ, ਕਿਉਂਕਿ ਉਹਨਾਂ ਦੇ ਵੀ ਖਿਲਾਫ ਇਹ ਫੈਸਲਾ ਆ। ਉਹ ਰਿਵਿਊ ਪਟੀਸ਼ਨ ਉਹ ਵੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਪਾਉਣ ਤਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਇਸ ਗੱਲ ਨਾਲ ਛਲਣੀ ਹੋਏ ਆ ਉਹਨਾਂ ਨੂੰ ਕੋਈ ਧਰਵਾਸ ਮਿਲ ਸਕੇ। ਔਰ ਤੀਜਾ, ਚੌਥਾ, ਪੰਜਵਾਂ ਜਿਹੜਾ ਮਤਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਸਾਰੇ ਹਾਊਸ ਨੇ ਇਹ ਫੈਸਲਾ ਕੀਤਾ ਕਿ 4 ਅਕਤੂਬਰ 2022 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵੱਡਾ ਇਕੱਠ ਕਰਕੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਚਾਹੁਣਗੇ ਔਰ ਹੋਰ ਸੰਗਤਾਂ ਦੀ ਸ਼ਮੂਲੀਅਤ ਦੇ ਨਾਲ ਇੱਕ ਮੈਮੋਰੈਂਡਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤਾ ਜਾਊਗਾ, ਜਿਹਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਜਿਸ ਤਰਜ ਦੇ ਉੱਤੇ ਅੱਜ ਪ੍ਰਚਾਰ ਕੀਤਾ ਜਾ ਰਿਹਾ ਕਿ ਇਸ ਧਰਤੀ 'ਤੇ ਹਰ ਇੱਕ ਜਿਹੜਾ ਮਨੁੱਖ ਜੰਮਿਆ ਉਹ ਹਿੰਦੂ ਆ, ਅਤੇ ਉਹ RSS ਦੀਆਂ ਜਿਹੜੀਆਂ ਚਾਲਾਂ ਉਹਨਾਂ ਨੂੰ ਠੱਲ ਪਾਉਣ ਲਈ ਉਹ ਮੈਮੋਰੈਂਡਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਔਰ ਨਾਲ ਗੁਰੂ ਕੀਆਂ ਸੰਗਤਾਂ ਉਹ ਜਾ ਕੇ ਡਿਪਟੀ ਕਮਿਸ਼ਨਰ ਨੂੰ ਇੱਥੋਂ ਤੁਰਨ ਗਏ ਸ਼੍ਰੀ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ, ਤੇ ਉੱਥੇ ਜਾ ਕੇ ਇਹ ਮੈਮੋਰੈਂਡਮ ਦੇਣਗੇ। ਦੇਸ਼ ਦੁਨੀਆ ਦੀਆਂ ਨਵੀਆਂ ਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰੋ।